بسم اللہ الرحمن الرحیم، السلام علیکم دوستو، تسی ویکھ رہے ہو اعتماد ٹی وی تے میں تہاڈا دوست محمد آصف۔ دوستو تہاڈے واسطے بہت ہی خوبصورت اعلیٰ نسل دی ایک مجھ لے کے آئے ہیں، تازہ سوئی ہوئی۔ کیمرہ مین مجھ وکھاندا، مجھ ویکھن تو پہلے دوستو ساڈے چینل نوں سبسکرائب کرو تے بیل آئیکن تے بٹن ضرور پریس کرو تاکہ ساڈی ہر آون والی ویڈیو تہاڈے تک پہنچ سکے۔ کیمرہ مین مجھ وکھاندا، پھر آپاں مالک کول گل کرنے ہیں۔ نال بچہ بھی کھا اور اٹھایا بھائی جی، بھائی کٹا ہے؟ ہاں جی کٹا۔ اچھا چلو ٹھیک ہے، آؤ پھر سانو اتنے لاوی ادھر ویکھنا، بالکل تازہ ہے جی، لال ہی ہے میں۔ چلا آ جا لایا ہوگا۔ السلام علیکم جی۔ وعلیکم۔ کی حال ہے بھائی؟ ٹھیک بھائی جان، ٹھیک ہو؟ خوش ہو؟ اچھا بھائی جان کا نام کی ہے؟ محمد ریاض۔ محمد ریاض جی۔ اچھا جگہ کیڑی ہے بھائی جی؟ اے راوی جگہ ہے، ایک جگہ راوی۔ اچھا سر، اچھا دوستو نا اے اپنا نا موزے گنے جاندے نے تے نمبر نمبر کوئی نہیں ہوندا، تقریبا گاڑ فتح شاہ تو 10-55 ٹکڑا موزا جلی ترانی۔ اچھا چلی ترانی، قلعے والا بھی تے میرے خیال نزدیک نہیں تواڈے؟ ہاں جی قلعے، قلعے والا تے گاڑ دے بالکل قریب، دریا دا علاقہ ہے جی، بالکل نزدیک دریا کھڑتا ہے، ایک مربے تے کلومیٹر تے بھی نہیں بندا، 10 کلومیٹر تے۔ بھائی ریاض انہاں دا نام ہے۔ اچھا بھائی جی، ہن تہاڈا سارا ایڈریس تو ہو گیا،
ਮਾਈ ਦੇ ਬਾਰੇ ਸਾਨੂੰ ਦੱਸੋ, ਮਾਈ ਕਦੋਂ ਸੋਈ ਤੁਹਾਡੀ? ਮਾਈ ਨੂੰ ਬਾਈ ਜਾਨ ਦੋ ਦਿਨ ਸੋਈ ਨੂੰ ਹੋ ਗਏ। ਦੋ ਦਿਨ ਹੋ ਗਏ ਸੋਈ ਨੂੰ ਜੀ। ਥੱਲੇ ਕੱਟਾ ਹੀ ਸੋ? ਕੱਟਾ ਥੱਲੇ ਕੱਟਾ ਹੀ ਸੋ। ਦੋ ਦਿਨ ਹੋ ਗਏ ਸੋਈ ਨੂੰ। ਕਿੰਨਵਾਂ ਸੁਆ ਸੋਈ ਹੈ ਜੀ? ਤੇ ਤੀਸਰਾ ਸੁਆ ਸੋਈ ਹੈ। ਤੇ ਤੀਸਰਾ ਸੁਆ ਸੋਈ ਹੈ। ਹੁਣ ਜਿਹੜਾ ਤੁਸੀਂ ਹਾਜ਼ਰ ਮੌਕੇ ਚੋ ਰਹੇ ਹੋ ਦੁੱਧ, ਉਹ ਕਿਤਨਾ ਕਿਸ ਤਰ੍ਹਾਂ ਕਿਤਨਾ ਕਿਤਨਾ ਚੋ ਰਹੇ ਹੋ? ਚਾਰ ਸਾਢੇ ਤਿੰਨ ਕਿਲੋ ਚੋ ਰਹੇ ਹੈ। ਕਿਤਨਾ ਥਣਾਂ ਦਾ? ਪਾਸੇ ਵਾਲੇ ਦੋਵੇਂ ਥਣਾਂ ਦਾ, ਸਾਈਡ ਵਾਲੇ, ਸਾਈਡ ਵਾਲੇ ਦੋਵੇਂ ਥਣਾਂ ਦਾ। ਤਿੰਨ ਸਾਢੇ ਤਿੰਨ ਤੋਂ ਚਾਰ ਕਿਲੋ, ਹੁਣ ਚਾਰ ਕਿਲੋ ਤੁਸੀਂ ਸਾਈਡ ਵਾਲਾ ਚੋ ਦਿੰਦੇ? ਹਾਂਜੀ। ਪੱਕੇ ਗੱਲ ਇਤਨਾ ਦੁੱਧ ਹੈ? ਪੱਕੇ ਗੱਲ। ਅੱਛਾ ਠੀਕ ਹੈ ਦੋਸਤ, ਦੁਬਾਰਾ ਮੈਂ ਤੁਹਾਨੂੰ ਫਿਰ ਦੱਸ ਦਿੰਦਾ ਕਿ ਦੋ ਦਿਨ ਦੀ ਸੂਈ ਹੈ, ਥੱਲੇ ਕੱਟਾ ਸੋ, ਸਾਈਡ ਵਾਲੇ ਦੋਵਾਂ ਥਣਾਂ 'ਚੋਂ ਚਾਰ ਕਿਲੋ ਦੁੱਧ ਮੁਕੰਮਲ ਜਿਹੜੀ ਚੁਆਈ ਹੈ, ਸਾਈਡ ਵਾਲੇ ਬੱਚੇ ਨੂੰ ਛੱਡ ਦਿੰਦੇ ਨੇ। ਤੀਸਰਾ ਸੂਆ ਸੂਈ ਹੈ। ਅਤੇ ਇਹ ਨਸਲ ਕਿਹੜੀ ਦੀ ਭਾਅ ਜੀ? ਰਾਵੀ, ਸਾਹਮਣੇ ਦਰਿਆ ਰਾਵੀ ਇੱਕ ਕਿਲੋਮੀਟਰ 'ਤੇ ਖੜਾ। ਅੱਛਾ, ਦਰਿਆ ਰਾਵੀ ਦੇ ਬਿਲਕੁਲ ਕੰਢੇ 'ਤੇ ਖੜੀ ਹੈ। ਰਾਵੀ ਨਸਲ ਹੀ ਆਉਣੀ ਹੈ, ਨੀਲੀ ਦਾ ਆਖੀ ਜਾਓ ਤਾਂ ਮੈਂ ਝੂਠ ਹੀ ਮਾਲਣਾ। ਅਤੇ ਅੱਛਾ, ਪਿਛਲਾ ਸੂਆ ਤੁਹਾਡੇ ਘਰ ਦੀ ਮੱਝ ਹੈ ਜੀ? ਹਾਂਜੀ, ਘਰ ਦੀ ਮੱਝ। ਮੇਰਾ ਖਿਆਲ ਹੈ ਇੱਕਾ ਹੀ ਤੁਹਾਡੇ ਕੋਲ, ਦੂਸਰੀਆਂ ਤਾਂ ਕਿਉਂ ਗੱਲ ਹੈ ਇਹਦਾ ਖੜੀ? ਹਾਂਜੀ ਹਾਂਜੀ। ਅਤੇ ਇਹ ਕਿਤਨਾ ਕੁ ਦੁੱਧ ਦਿੰਦੀ ਰਹੀ ਪਿਛਲੇ ਸੂਆ ਤੁਹਾਡੇ ਕੋਲ? ਜਿਹੜਾ ਪੱਕਾ ਦਿੰਦੀ ਰਹੀ ਬਾਈ, ਉਹ ਝੂਠ ਨਾ ਬੋਲਿਆ ਸਾਡੇ। ਪੱਕਾ ਦੋ ਟਾਈਮਾਂ ਦਾ, ਇੱਕ ਟਾਈਮ ਦਾ ਅਸੀਂ 5 ਕਿਲੋ ਚੁੰਦੇ ਰਹੇ ਬਾਈ, ਝੂਠ ਨਹੀਂ ਮੰਨਦਾ। ਬੱਚਿਆਂ ਨੂੰ ਛੱਡ ਕੇ ਦੋ? ਹਾਂ, ਬੱਚਿਆਂ ਨੂੰ ਛੱਡ, ਦੋ ਥਾਂ ਬੱਚਿਆਂ ਨੂੰ ਛੱਡ ਕੇ। ਹਾਂਜੀ। ਅਗਲਾ ਛੱਡ ਦਿਆ ਕਿ ਫਿਰ ਸਾਈਡ ਵਾਲੇ? ਸਾਈਡ ਵਾਲੇ ਦੋ ਯਾਨੀ ਕਿ ਸ਼ੁਰੂ ਤੋਂ ਸਾਈਡ ਵਾਲੇ ਛੱਡ ਦਿਆ? ਸਾਈਡ ਵਾਲੇ ਛੱਡ ਦਿਆ। 5 ਕਿਲੋ ਇੱਕ ਟਾਈਮ ਦਾ? 5 ਕਿਲੋ ਇੱਕ ਟਾਈਮ। ਠੀਕ ਹੋ ਗਿਆ, ਚਲੋ ਓਰੀਜਨਲ ਗੱਲ ਪੱਕੀ ਹੈ? ਪੱਕੀ ਗੱਲ। ਅੱਛਾ ਹੁਣ ਬਾਈ ਇਹਦੀ ਕੀਮਤ 'ਤੇ ਆਓ। 2.5 ਲੱਖ ਰੁਪਇਆ। 2.5 ਲੱਖ ਰੁਪਏ ਜੀ। ਇਹ ਫਾਈਨਲ ਹੈ ਗਿਆ ਕੋਈ ਪਿਆਰ ਮੁਹੱਬਤ ਵੀ ਹੈ? ਨਹੀਂ ਫਾਈਨਲ ਬਾਈ, ਮੈਂ ਪਿਆਰ ਮੁਹੱਬਤ ਕਰ ਅਸੀਂ ਸਫ਼ਰ ਬੜਾ ਕਰਕੇ ਆਇਆ। ਇੱਕ ਮਿੰਟ, ਸਾਡਾ ਤਕਰੀਬਨ 170 ਕਿਲੋਮੀਟਰ ਸਫ਼ਰ ਹੈ। ਬਿਲਕੁਲ, ਤੁਹਾਡੀ ਗੱਲ ਠੀਕ ਹੈ। ਤੇ ਇੱਕ ਗੱਲ ਦੋਸਤੋ, ਤੁਹਾਨੂੰ ਮੈਂ ਥੋੜਾ ਜਿਹਾ ਵਾਜ਼ਿਆ ਕਰ ਸਕਦਾ। ਅਕਸਰ ਦੋਸਤ ਸਾਨੂੰ ਇਹ ਕਹਿੰਦੇ ਨੇ ਕਿ ਯਾਰ ਇਤਨਾ ਦਾ ਇਸ ਲਈ ਹਵਾਨਾ ਨਹੀਂ ਹੈ। ਬਿਲਕੁਲ, ਥੋੜਾ ਟਾਈਮ ਪਹਿਲੇ ਨਚਵਾਈ ਕੀਤੀ ਹੈ ਤਾਂ ਸਾਨੂੰ ਵੀ ਪਤਾ ਹੈ, ਕਿਉਂਕਿ ਸਾਡੇ ਫੋਨ 'ਤੇ ਗੱਲ ਹੋਈ ਹੈ ਅਤੇ ਨਚਵਾਈ ਕਰ ਲਈ, ਇਸ ਬਾਅਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਆਏ। ਹੁਣ ਤਕਰੀਬਨ ਟਾਈਮ ਹੋ ਗਿਆ ਹੋਣਾ 11 ਦਾ ਟਾਈਮ ਹੈ ਜੀ ਗਲਮਨ, ਅਤੇ ਇਹ ਕਹਿ ਰਹੇ ਨੇ ਕਿ 8, 8:30 ਵਜੇ ਅਸੀਂ ਚੁਆਈ ਕੀਤੀ, ਕਿਉਂਕਿ ਮਜ਼ਦੂਰ ਬੰਦੇ ਨੇ ਕੰਮ ਸ਼ਾਮ 'ਤੇ ਪਹਿਲਾਂ ਨਿਕਲਿਆ ਸੀ। ਮੈਂ ਕੰਮ 'ਤੇ ਵੀ ਜਾਣਾ ਤਾਂ ਉਦੋਂ ਆਇਆ, 8:30 ਵਜੇ ਚੁਆਈ ਕੀਤੀ ਹੈ। ਔਰ ਇਨਸ਼ਾਅੱਲਾ ਜਿਤਨਾ ਦੁੱਧ ਦੱਸ ਰਹੇ ਨੇ ਗਰੰਟਰ ਨਾਲ, ਇਹ ਸਾਡਾ ਜ਼ਿੰਮੇਦਾਰੀ ਹੈ, ਅਸੀਂ ਇਹਨਾਂ ਕੋਲ ਪੂਰਾ ਕਰਾਵਾਂਗੇ। ਔਰ ਇਨਸ਼ਾਅੱਲਾ ਮਾਜ ਮਾਸ਼ਾਅੱਲਾ ਤਕੜੀ ਵੀ ਹੈ, ਕਾਦਾਵਰ ਵੀ ਹੈ, ਸੋਹਣੀ ਹੈ, ਅਤੇ ਇਤਨਾ ਦੁੱਧ ਕਰੇਗੀ ਇਨਸ਼ਾਅੱਲਾ ਜ਼ਰੂਰ। ਇਹਦੇ ਤਾਂ ਮੂੰਹ 'ਤੇ ਨਹੀਂ ਪਾਉਂਦਾ ਇਤਨਾ ਦੁੱਧ, ਬਾਕੀ ਨਸੀਬ ਮੁਕੱਦਰ ਅਸੀਂ ਇਹ ਕਹਿ ਇੱਕ ਉਮੀਦ ਕਹਿ ਸਕਦੇ ਹਾਂ। ਬਾਕੀ ਲੈਣ ਦੇਣ ਜਿਹੜੇ ਹੁੰਦੇ ਨਾ, ਇਹ ਨਸੀਬ ਦੀ ਗੱਲ ਹੁੰਦੀ, ਜਿਤਨਾ ਪਾਓਗੇ ਉਤਨਾ ਲਓ। ਹਾਂਜੀ, ਅਤੇ ਹੁਣ ਸਰਕਾਰ ਰਹਿ ਗਈ ਗੱਲ ਕੀਮਤ 'ਤੇ। ਹੁਣ ਫਾਈਨਲ ਜੀ, ਅਸੀਂ ਸਫ਼ਰ ਕਰਕੇ ਆਇਆ, ਟਾਈਮ ਸ਼ਾਰਟ ਹੈ ਸਾਨੂੰ। ਚਲੋ ਤੁਹਾਡਾ ਯਾਰ ਸਫ਼ਰ ਅਸੀਂ ਵੇਂਦੇ ਪਏ, ਚਲੋ 5-10 ਵਜੇ ਉੱਥੇ ਬੰਦਾ ਹੋ ਜਾਂਦਾ, ਲੇਕਿਨ ਇਸ ਤੋਂ ਲੈਸ ਨਹੀਂ। ਯਾਨੀ ਕਿ 10,000? ਹਾਂ, 2,40,000। ਨੰਬਰ ਮੋਬਾਈਲ ਹੈ ਤੁਹਾਡੇ ਕੋਲ? ਨੰਬਰ ਵਿੱਚ ਬੋਲੋ ਆਪਣਾ। 0357-6614-232। ਠੀਕ ਹੈ ਦੋਸਤੋ, ਇਹ ਬਾਈ ਹੋਰਾਂ ਦਾ ਨੰਬਰ ਹੈ, ਰਿਆਜ਼ ਬਾਈ ਹੋਰਾਂ ਦਾ ਨਾਂ ਹੈ। ਅਗਰ ਕਿਸੇ ਦੋਸਤ ਨੂੰ ਪਸੰਦ ਆਉਂਦੀ ਹੈ ਤਾਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ, ਸਾਡੇ ਨਾਲ ਕਰ ਸਕਦੇ ਹੋ। ਮਾਸ਼ਾਅੱਲਾ ਸੋਹਣੀ ਮੱਝ, ਤਕੜੀ ਕੱਦ ਆਵਰ ਵੀ ਹੈ। ਥਾਣਾ ਛਾਣਨ ਦਾ ਮਸਲਾ ਕੋਈ ਨਹੀਂ? ਕੋਈ ਥਾਣਾ ਮਸਲਾ, ਜ਼ਿੰਮੇਵਾਰੀ ਹੈ। ਤਾਜ਼ੀ ਬਿਲਕੁਲ, 1-2 ਦਿਨ ਦੀ ਸੂਈ ਹੋਈ ਹੈ ਅਤੇ 2,40,000 ਫਾਈਨਲ ਹੈ। ਲੰਬੀ ਵੀਡੀਓ ਆਉਣ ਦੀ ਮਾਦਰ ਦੋਸਤੋ, ਅਗਲੀ ਵੀਡੀਓ ਤੱਕ ਇਜਾਜ਼ਤ, ਖੁਦਾ ਹਾਫਿਜ਼।